ਮੋਦੀ ਸਾਹਿਬ ਕਹਿੰਦੇ ਨੇ ਕਿ ਸ਼ਹਿਜ਼ਾਦੇ ਦੀ ਗੱਲ ਨਹੀਂ ਮੰਨੀ ਤਾਂ ਕੈਪਟਨ ਅਮਰਿੰਦਰ ਸਿੰਘ ਨੂੰ ਹਟਾ ਦਿੱਤਾ ਗਿਆ। ਜਿਹੜੀ ਗੱਲ ਉਹਨੇ ਕਰਤੀ ਅਤੇ ਕਰਤੀ, ਇਹ ਨਹੀਂ ਕਿ ਉਹ ਬੰਦਾ ਉਹਦੀ ਗੱਲ ਕੋਈ ਮੋੜ ਸਕਦਾ। ਉਹ ਈਗੋਇਸਟ ਵੀ ਹੈਗਾ, ਜ਼ਿੱਦੀ ਵੀ ਹੈਗਾ। ਕੈਪਟਨ ਅਮਰਿੰਦਰ ਸਿੰਘ ਬੜਾ ਪਿਆਰਾ ਬੰਦਾ, ਈਗੋਇਸਟ ਵੀ ਆ, ਜ਼ਿੱਦੀ ਵੀ ਆ, ਅਤੇ ਜਿਹੜੀ ਗੱਲ 'ਤੇ ਅੜ ਗਿਆ ਫਿਰ ਅੜ ਗਿਆ। ਸ਼ੁਰੂ ਤੋਂ ਲੈ ਕੇ ਜਦੋਂ ਮੁੱਖ ਮੰਤਰੀ ਬਣਿਆ, ਮੁੱਖ ਮੰਤਰੀ ਹੁੰਦਿਆਂ ਉਹਨਾਂ ਨੇ ਕਰਪਸ਼ਨ ਦੇ ਵਿਰੁੱਧ ਬੜਾ ਵੱਡੀ ਜੰਗ ਰਚੀ। ਪਹਿਲਾ ਮੁੱਖ ਮੰਤਰੀ ਜਿਹਨੇ ਕਿ ਬਾਦਲ ਪਰਿਵਾਰ ਚੱਕ ਕੇ ਅੰਦਰ ਜੇ ਦੋ ਵੀ ਕੀਤੀ ਕੈਪਟਨ ਅਮਰਿੰਦਰ ਨੇ। ਜਦੋਂ ਬਲਿਊ ਸਟਾਰ ਹੋਇਆ ਸੀਗਾ ਉਦੋਂ ਉਹ ਮੈਂਬਰ ਪਾਰਲੀਮੈਂਟ ਸੀਗਾ ਕਾਂਗਰਸ ਦਾ, ਉਹ ਰਿਜ਼ਾਇਨ ਕਰਤਾ ਸੀ। ਅਮਰਿੰਦਰ ਨੇ ਨਾ ਬੇਅਦਬੀ ਮਾਮਲੇ ਵਿੱਚ ਸਹੁੰ ਚੱਕ ਕੇ ਉੱਥੋਂ ਗੁਟਕਾ ਸਾਹਿਬ ਦੀ, ਨਾ ਬੇਅਦਬੀ ਮਾਮਲੇ 'ਚ ਕੰਮ ਕੀਤਾ, ਨਾ ਨਸ਼ਿਆਂ ਵਿਰੁੱਧ ਕੰਮ ਕੀਤਾ, ਨਾ ਕਰਪਸ਼ਨ ਵਿਰੁੱਧ ਕੰਮ ਕੀਤਾ। ਇਹ ਜਿਹੜੀ ਦੂਜੀ ਟਰਮ ਸੀ ਮੁੱਖ ਮੰਤਰੀ ਦੀ ਕੈਪਟਨ ਅਮਰਿੰਦਰ ਸਿੰਘ ਦੀ, ਬਿਲਕੁਲ ਨਿਰਾਰਥਕ ਰਹੀ। ਤਾਂ ਕੁਰਸੀ ਇਹ ਕਿਵੇਂ, ਇਹ ਉਹਦਾ ਆਪਣਾ ਇੱਕ ਸਨਮਾਨ ਸੀਗਾ, ਮੇਰੇ ਸਨਮਾਨ ਨੂੰ ਸੱਟ ਮਾਰੀ ਹੈ, ਮੈਨੂੰ ਕਿਹਾ ਗਿਆ ਛੱਡ ਦਿਉ ਕੁਰਸੀ, ਤਾਂ ਉਹਨੇ ਫਿਰ ਇੱਕ ਪਾਸੇ ਨਾ ਛੱਡਦਾ, ਉਹ ਲਾਹ ਦਿੰਦੇ ਉਹਨੂੰ MLA, ਤਾਂ ਉਹਨੂੰ ਕੁਰਸੀ ਛੱਡੀ ਅਤੇ ਨਾਲ ਜਿਹਨਾਂ ਉਹਨੇ ਆਪਣੀ ਪੰਜਾਬ ਲੋਕ ਕਾਂਗਰਸ ਬਣਾ ਲਈ, ਅਤੇ ਉਹਦਾ ਆਪਣਾ ਇੱਕ ਸੀਗੀ। ਅਤੇ ਇਸ ਨੂੰ ਕੱਲ੍ਹ ਮੋਦੀ ਜੀ ਨੇ ਕਿਹਾ ਕਿ ਸਹਿਜਾਦੇ ਦੀ ਗੱਲ ਨਹੀਂ ਮੰਨੀ ਅਮਰਿੰਦਰ ਨੇ, ਤਾਂ ਅਮਰਿੰਦਰ ਨੂੰ ਕੁਰਸੀ ਤੋਂ ਉਤਾਰ। ਮੋਦੀ ਸਾਹਿਬ ਕਹਿੰਦੇ ਨੇ ਕਿ ਸ਼ਹਿਜ਼ਾਦੇ ਦੀ ਗੱਲ ਨਹੀਂ ਮੰਨੀ ਤਾਂ ਕੈਪਟਨ ਅਮਰਿੰਦਰ ਸਿੰਘ ਨੂੰ ਹਟਾ ਦਿੱਤਾ ਗਿਆ। ਵੈਸੇ ਵੱਡਾ ਫੇਰਬਦਲ ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫੇ ਤੋਂ ਬਾਅਦ ਹੋਇਆ ਸੀ। ਚਰਨਜੀਤ ਸਿੰਘ ਚੰਨੀ ਕੁਝ ਮਹੀਨਿਆਂ ਵਾਸਤੇ CM ਦੀ ਕੁਰਸੀ ਦੇ ਉੱਤੇ ਬੈਠ ਕੇ ਉਮੀਦਾਂ ਫਿਰ ਲਾਈਆਂ ਗਈਆਂ ਕਿ 2022 ਦੇ ਵਿੱਚ ਫਿਰ ਆਪਾਂ ਬਣ ਸਕਦੇ ਹਾਂ CM, ਪਰ ਉਹ ਉਮੀਦਾਂ ਜਿਹੜੀਆਂ ਸੀ ਪੂਰੀਆਂ ਨਹੀਂ ਉਤਰੀਆਂ ਅਤੇ ਕਾਫੀ ਘਮਾਸਾਨ ਪੈ ਗਿਆ ਸੀ ਉਸ ਵੇਲੇ ਪੰਜਾਬ ਕਾਂਗਰਸ 'ਚ। ਅਸਲ 'ਚ ਨਾ ਕੈਪਟਨ ਅਮਰਿੰਦਰ ਸਿੰਘ ਦਾ ਇੱਕ ਬੜਾ ਕਮਾਲ ਦਾ ਇਤਿਹਾਸ ਆ ਜੀ ਧਰਮਿੰਦਰ ਜੀ, ਮਤਲਬ ਬੜਾ ਮੇਰੇ ਕਿ ਪਟਿਆਲੇ ਦਾ ਆਪਣਾ ਹੈਗਾ, ਅਤੇ ਪਟਿਆਲੇ ਕਰਕੇ ਮੈਂ ਉਹਨੂੰ ਨੇੜਿਓਂ ਜਾਣਦਾ। ਕੈਪਟਨ ਅਮਰਿੰਦਰ ਸਿੰਘ ਨੂੰ ਬੜਾ ਬੇਬਾਕ ਬੰਦਾ ਹੈਗਾ ਜੀ, ਅਤੇ ਦਿਲਦਾਰ ਬੰਦਾ, ਯਾਰਾਂ ਦਾ ਯਾਰ ਆ ਜੀ ਕੈਪਟਨ ਅਮਰਿੰਦਰ ਸਿੰਘ। ਜਿਹੜੀ ਗੱਲ ਉਹਨੇ ਕਰਤੀ ਅਤੇ ਕਰਤੀ, ਇਹ ਨਹੀਂ ਕਿ ਉਹ ਬੰਦਾ ਉਹਦੀ ਗੱਲ ਕੋਈ ਮੋੜ ਸਕਦਾ। ਉਹ ਈਗੋਇਸਟ ਵੀ ਹੈਗਾ, ਜ਼ਿੱਦੀ ਵੀ ਹੈਗਾ। ਕੈਪਟਨ ਅਮਰਿੰਦਰ ਸਿੰਘ ਬੜਾ ਪਿਆਰਾ ਬੰਦਾ, ਈਗੋਇਸਟ ਵੀ ਆ, ਜ਼ਿੱਦੀ ਵੀ ਆ, ਅਤੇ ਜਿਹੜੀ ਗੱਲ 'ਤੇ ਅੜ ਗਿਆ ਫਿਰ ਅੜ ਗਿਆ। ਇਹ ਕੈਪਟਨ ਅਮਰਿੰਦਰ ਸਿੰਘ ਆ, ਆਪਣੇ ਜਿਹੜਾ ਆਪਣੇ ਸਨਮਾਨ ਆ ਉਹਨੂੰ ਕਦੇ ਵੀ ਠੇਸ ਪਹੁੰਚਾਉਣ ਨਹੀਂ ਦਿੰਦਾ। ਉਹ ਆਪਣੇ ਸਨਮਾਨ ਨੂੰ ਕਦੇ ਨਹੀਂ ਸੋਚਦਾ ਵੀ ਮੇਰੇ ਸਨਮਾਨ ਨੂੰ ਕੋਈ ਠੇਸ ਪਹੁੰਚਾ ਦੇਵੇ। ਉਹ ਕੈਪਟਨ ਅਮਰਿੰਦਰ ਦਾ ਔਰਾ ਹੈ, ਕੈਪਟਨ ਅਮਰਿੰਦਰ ਸਿੰਘ ਦੀ ਇਹ ਸ਼ਖਸੀਅਤ ਹੈ ਜੀ। ਠੀਕ ਹੈ ਜੀ, ਕੀ ਹੋਇਆ, ਕੈਪਟਨ ਅਮਰਿੰਦਰ ਸਿੰਘ ਨੂੰ ਬੇਅੰਤ ਸਿੰਘ ਤੋਂ ਬਾਅਦ ਮੁੱਖ ਮੰਤਰੀ ਬਣਨ ਤੋਂ ਰੋਕਣ ਵਾਸਤੇ ਕੈਪਟਨ ਅਮਰਿੰਦਰ ਸਿੰਘ ਦੀ ਕੋਈ ਕਥਿਤ ਤੌਰ 'ਤੇ ਕੋਈ ਔਰਤ ਫਰੈਂਡ ਸੀਗੀ, ਉਸ ਦੇ ਨਾਲ ਫੋਟੋਆਂ ਜਗ ਜਾਹਰ ਕੀਤੀਆਂ ਗਈਆਂ ਸੀਗੀਆਂ। ਕੈਪਟਨ ਅਮਰਿੰਦਰ ਸਿੰਘ ਦੇ ਨਾਲ ਇੱਕ ਔਰਤ ਦੀਆਂ, ਨਾਂ ਨਹੀਂ ਲੈਂਦਾ ਉਹਦਾ ਔਰਤ ਦਾ ਮੈਂ, ਭਾਵੇਂ ਨਾਂ ਲੋਕਾਂ ਜਿਹੜੇ ਪੁਰਾਣੇ ਲੋਕ ਉਹਨੂੰ ਪਤਾ ਸਾਰਿਆਂ ਨੂੰ ਵੀ ਉਹ ਕੌਣ ਔਰਤ ਸੀਗੀ। ਉਹਦੀਆਂ ਫੋਟੋਆਂ ਜਗ ਜਾਹਰ ਕੀਤੀਆਂ ਗਈਆਂ ਸੀਗੀਆਂ। ਹਿੰਦੂ ਰਵੀ ਸਿੱਧੂ ਸੀਗਾ ਹਿੰਦੂ ਅਖਬਾਰ ਦਾ ਪੱਤਰਕਾਰ, ਉਸ ਨੇ ਰਵੀ ਸਿੱਧੂ ਨੇ ਹਿੰਦੂ ਅਖਬਾਰ ਦੇ ਵਿੱਚੋਂ ਫੋਟੋਆਂ ਛਾਪੀਆਂ। ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਨਹੀਂ ਬਣ ਸਕੇ, ਮੁੱਖ ਮੰਤਰੀ ਨਹੀਂ ਬਣ ਸਕੇ ਕਾਂਗਰਸ ਦੇ ਵਿੱਚ, ਨਹੀਂ ਕਾਂਗਰਸ ਵਿੱਚ ਆਉਣਾ ਸੀ, ਲਿਆਉਣਾ ਸੀ ਉਹਨਾਂ ਨੂੰ, ਕਾਂਗਰਸ 'ਚ ਨਹੀਂ ਆ ਸਕੇ ਉਹ। ਅਤੇ ਉਸ ਤੋਂ ਬਾਅਦ ਰਵੀ ਸਿੱਧੂ ਨੂੰ ਪੰਜਾਬ ਲੋਕ ਸੇਵਾ ਕਮਿਸ਼ਨ ਦਾ ਬਣਾ ਦਿੱਤਾ ਗਿਆ ਚੇਅਰਮੈਨ।
ਉਸ ਨੇ ਕਰਪਸ਼ਨ ਕੀਤੀ ਰਵੀ ਸਿੱਧੂ ਨੇ, ਉਹ ਤਾਂ ਸਾਹਮਣੇ ਆਈ ਆਪਣੇ ਆਈ ਆ। ਅਤੇ ਜਦੋਂ ਕੈਪਟਨ ਅਮਰਿੰਦਰ ਸਿੰਘ 2002 'ਚ ਮੁੱਖ ਮੰਤਰੀ ਬਣੇ ਸੀਗੇ, ਜਿੱਦਣ ਰਿਜ਼ਲਟ ਅਨਾਊਂਸ ਹੋਇਆ ਅਸੀਂ ਸੀਗੇ ਮੌਕੇ 'ਤੇ ਹਾਜ਼ਰ ਸੀਗੇ, ਅਸੀਂ ਰਿੰਕ ਹਾਲ ਹੈਗਾ ਪਟਿਆਲੇ 12 ਦਿਨ ਦੇ ਕੋਲ, ਅਰੇ ਉੱਥੇ ਗਿਣਤੀ ਹੋਇਆ ਕਰਦੀ ਆ। ਉੱਥੇ ਬਾਹਰ ਆ ਕੇ ਅਮਰਿੰਦਰ ਨੇ ਕਿਹਾ, ਕਹਿੰਦੇ ਵੀ ਗੱਲ ਕਰਨ ਲੱਗੇ ਵੀ ਜੀ ਪੰਜਾਬ ਲੋਕ ਸੇਵਕ ਦਫ਼ਤਰ ਨੇੜੇ ਆ ਪੰਜਾਬ ਲੋਕ ਕਮਿਸ਼ਨ ਦਾ, ਰਿੰਕ ਹਾਲ ਦੇ ਬਿਲਕੁਲ ਨਾਲ ਗੁੱਠ ਨਾਲ ਗੁੱਠ ਲੱਗਦੀ ਆ। ਅਤੇ ਉਹ ਕਹਿੰਦੇ ਜੀ ਆ PPSC ਦੇ ਵਿੱਚ ਕਰਪਸ਼ਨ, ਕਹਿੰਦਾ ਵੀ ਹਾਂ ਇਨਕਮ ਇਹਨਾਂ ਨੂੰ ਅਸੀਂ ਨਹੀਂ ਛੱਡਾਂਗੇ। ਤਾਂ 5 ਲੱਖ ਰੁਪਏ ਰਿਸ਼ਵਤ ਲੈਣ 'ਚ ਫੜ ਲਿਆ ਸੀਗਾ, ਫਿਰ ਉਹਨੇ ਫੋਟੋ ਲਾਈ ਸੀਗੀ ਉਹ ਪੁਰਾਣੀ ਲੇਡੀ ਨਾਲ, ਅਤੇ ਉਸ ਨੂੰ 5 ਲੱਖ ਰੁਪਏ ਰਿਸ਼ਵਤ ਲੈਂਦਾ ਉਹਦੇ ਘਰੋਂ ਫੜਿਆ ਸੀਗਾ। 5 ਲੱਖ ਕਹਿੰਦੇ ਨਹੀਂ ਸੀ ਉਸ ਟਾਈਮ, ਨਹੀਂ ਉਹਨੇ ਲਿਆ ਸੀਗਾ ਜਦੋਂ ਬਣਾਈ ਗਈ ਸੀਗੀ, ਪਰ ਜਦੋਂ ਬਣਾਈ ਗਈ ਗੱਲ ਤੋਂ ਬਾਅਦ ਫਿਰ ਉਹਦੇ ਕੋਲ ਪੈਸੇ ਬੜੇ ਮਿਲੇ, ਇਸ ਕਰਕੇ ਲੋਕਾਂ ਨੇ ਮੰਨ ਲਿਆ ਵੀ ਇਹ ਸੱਚੀ ਮੁੱਚ ਕਰਪਟ ਬੰਦਾ ਸੀਗਾ ਇਹ, ਇੱਕ ਗੱਲ। ਦੂਜੀ ਗੱਲ, ਕੈਪਟਨ ਅਮਰਿੰਦਰ ਸਿੰਘ ਸ਼ੁਰੂ ਤੋਂ ਲੈ ਕੇ ਜਦੋਂ ਮੁੱਖ ਮੰਤਰੀ ਬਣਿਆ, ਮੁੱਖ ਮੰਤਰੀ ਹੁੰਦਿਆਂ ਉਹਨਾਂ ਨੇ ਕਰਪਸ਼ਨ ਦੇ ਵਿਰੁੱਧ ਬੜਾ ਵੱਡੀ ਜੰਗ ਰਚੀ। ਪਹਿਲਾ ਮੁੱਖ ਮੰਤਰੀ ਜਿਹਨੇ ਕਿ ਬਾਦਲ ਪਰਿਵਾਰ ਚੱਕ ਕੇ ਅੰਦਰ ਕੀਤਾ, ਉਹਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਨੇ ਅੰਦਰ ਕੀਤਾ, ਅਤੇ ਲੋਕਾਂ ਨੂੰ ਡਰ ਬਹਿ ਗਿਆ ਸੀ ਕਰਪਸ਼ਨ ਦਾ ਵੀ ਯਾਰ ਕਰਪਸ਼ਨ ਨਹੀਂ ਕਰਨੀ ਹੈਗੀ। ਉਹ ਕੈਪਟਨ ਨੇ, ਕੈਪਟਨ ਬੜੇ ਤਰੀਕੇ ਨਾਲ ਚੱਲ ਵੱਧਦਾ ਰਿਹਾ ਅੱਗੇ, ਅਤੇ ਜਦੋਂ ਉਹ ਉਦੋਂ ਵੀ ਜਿੱਦ ਕੀਤੀ ਕੈਪਟਨ ਅਮਰਿੰਦਰ ਨੇ, ਜਿੱਦ ਉਦੋਂ ਵੀ ਕੀਤੀ ਕੈਪਟਨ ਅਮਰਿੰਦਰ ਨੇ, ਜਦੋਂ ਬਲਿਊ ਸਟਾਰ ਹੋਇਆ ਸੀਗਾ ਉਦੋਂ ਉਹ ਮੈਂਬਰ ਪਾਰਲੀਮੈਂਟ ਸੀਗਾ ਕਾਂਗਰਸ ਦਾ, ਉਹ ਰਿਜ਼ਾਇਨ ਕਰਤਾ ਸੀ ਉਹਨੇ, ਰਿਜ਼ਾਇਨ ਕਰਤਾ, ਅਤੇ ਬੀਬਾ ਅਮਰਜੀਤ ਕੌਰ ਸੀ ਮੈਂਬਰ ਰਾਜ ਸਭਾ ਉਸ ਵੇਲੇ, ਜਿਹੜੀ ਚਾਚੀ ਹੈ ਇਹਦੀ ਕੈਪਟਨ ਅਮਰਿੰਦਰ ਸਿੰਘ ਦੀ, ਉਹ ਸੀ ਬੀਬਾ, ਉਹ ਉਹਨੂੰ ਇਹਨਾਂ ਸਲਾਹ ਕੀਤੀ ਸੀ ਆਪਸ 'ਚ ਕੈਪਟਨ ਅਮਰਿੰਦਰ ਨੇ, ਬੀਬਾ ਅਮਰਜੀਤ ਕੌਰ ਨੇ, ਵੀ ਆਪਾਂ ਇਕੱਠੇ ਰਿਜ਼ਾਇਨ ਕਰਾਂਗੇ, ਆਪਾਂ ਇਕੱਠੇ ਰਿਜ਼ਾਇਨ ਕਰਾਂਗੇ। ਪਰ ਉਹ ਜਦੋਂ ਉਹਨੂੰ ਦੱਸਿਆ ਨਹੀਂ, ਫਿਰ ਕੈਪਟਨ ਨੇ ਉਹਨੇ ਜਾ ਕੇ ਰਿਜ਼ਾਇਨ ਕਰਾਇਆ, ਉਹ ਜੀ ਉਹ ਰਹਿ ਗਈਆਂ ਬੀਬੀਆਂ ਰਹਿ ਗਈਆਂ, ਬਾਕੀ ਮੈਂਬਰ ਰਹਿ ਗਏ। ਤਾਂ ਫਿਰ ਉਹ ਕਹਿੰਦੇ ਤੁਸੀਂ ਜਦੋਂ ਜਾਣਾ ਸੀ ਇਕੱਠੇ ਆਪਾਂ ਨੇ ਤਾਂ ਇਕੱਠੇ ਰਿਜ਼ਾਇਨ ਕਰਨਾ ਸੀਗਾ, ਤਾਂ ਬੀਬਾ ਅਮਰਜੀਤ ਕੌਰ ਨੇ ਰਿਜ਼ਾਇਨ, ਕਹਿੰਦੇ ਵੀ ਇਕੱਠੇ ਰਿਜ਼ਾਇਨ ਕਰਨਾ ਸੀ, ਆਪਾਂ ਅਲੱਗ ਨਹੀਂ ਸੀ ਰਿਜ਼ਾਇਨ ਕਰਦੇ। ਤਾਂ ਉਹ ਰਿਜ਼ਾਇਨ ਨਾ ਕਰਨ ਕਰਕੇ ਬੀਬਾ ਅਮਰਜੀਤ ਕੌਰ ਦੀ ਸਿਆਸਤ ਹੀ ਖਤਮ ਕਰਤੀ ਕੈਪਟਨ ਅਮਰਿੰਦਰ ਨੇ। ਇਹ ਉਹਦਾ ਉਹਦੀ ਈਗੋਇਸਟ ਆ, ਉਹਦਾ ਅੰਦਰ ਇਹ ਵਿਰੋਧ ਆ, ਜਿਹਦੀ ਵਿਰੋਧਤਾ ਪਾਲਦਾ ਠੋਕ ਕੇ ਪਾਲਦਾ, ਉਹਨੂੰ ਕਿਸੇ ਪਾਰਟੀ 'ਚ ਕਨੇਤਾ ਅਮਰਿੰਦਰ ਨੇ ਬੀਬਾ ਅਮਰਜੀਤ ਕੌਰ ਨੂੰ ਵੀ ਤੂੰ ਮੇਰੀ ਮੰਨੀ ਨਹੀਂ ਗੱਲ, ਮੇਰੇ ਘਰ ਦੀ ਤੁਸੀਂ ਤੂੰ ਮੰਨੀ ਨਹੀਂ ਗੱਲ। ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਦੂਜੀ ਵਾਰੀ ਮੁੱਖ ਮੰਤਰੀ ਬਣ ਗਏ। ਦੂਜੀ ਵਾਰੀ ਮੁੱਖ ਮੰਤਰੀ ਬਣਨ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਲਾਸਟ ਉਹਨਾਂ ਨੇ ਕੋਈ ਕੰਮ ਨਹੀਂ ਕੀਤਾ। ਅਮਰਿੰਦਰ ਨੇ ਨਾ ਬੇਅਦਬੀ ਮਾਮਲੇ ਵਿੱਚ ਸਹੁੰ ਚੱਕ ਕੇ ਉੱਥੋਂ ਗੁਟਕਾ ਸਾਹਿਬ ਦੀ, ਨਾ ਬੇਅਦਬੀ ਮਾਮਲੇ 'ਚ ਕੰਮ ਕੀਤਾ, ਨਾ ਨਸ਼ਿਆਂ ਵਿਰੁੱਧ ਕੰਮ ਕੀਤਾ, ਨਾ ਕਰਪਸ਼ਨ ਵਿਰੁੱਧ ਕੰਮ ਕੀਤਾ। ਇਹ ਜਿਹੜੀ ਦੂਜੀ ਟਰਮ ਸੀ ਮੁੱਖ ਮੰਤਰੀ ਦੀ ਕੈਪਟਨ ਅਮਰਿੰਦਰ ਸਿੰਘ ਦੇ, ਬਿਲਕੁਲ ਨਾ ਨਿਰਾਰਥਕ ਰਹੀ ਆ, ਬਿਲਕੁਲ ਮਤਲਬ ਕਿ ਪੰਜਾਬ ਦੇ ਫੇਵਰ ਦੀ ਨਹੀਂ ਰਹੀ। ਬਾਦਲ ਦੇ ਨਾਲ ਮਿਲ ਗਿਆ ਕੈਪਟਨ ਅਮਰਿੰਦਰ ਸਿੰਘ, ਤਾਂ ਫਿਰ ਲੋਕਾਂ ਵਿੱਚ ਵਿਰੋਧਤਾ ਹੋਈ, MLA 'ਚ ਵਿਰੋਧਤਾ ਹੋਈ। ਵਿਰੋਧਤਾ ਹੋਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਦੇ ਵਿਰੁੱਧ ਬੜੀ ਵੱਡੀ ਜੰਗ ਸ਼ੁਰੂ ਹੋਈ ਜੀ। ਉਹ ਜੰਗ ਵਿੱਚ ਫਿਰ ਆਰਡਰ ਹੋਏ ਕਿ ਇਹਨੂੰ ਕਿਹਾ ਪਿਆਰ ਨਾਲ ਅਮਰਿੰਦਰ ਨੂੰ ਕਿ ਤੁਸੀਂ ਛੱਡ ਦਿਓ ਆਪਣਾ ਕੁਰਸੀ, ਛੱਡ ਦਿਓ। ਤਾਂ ਕੁਰਸੀ ਇਹ ਕਿਵੇਂ, ਇਹ ਉਹਦਾ ਆਪਣਾ ਇੱਕ ਸਨਮਾਨ ਸੀਗਾ, ਮੇਰੇ ਸਨਮਾਨ ਨੂੰ ਸੱਟ ਮਾਰੀ ਹੈ, ਮੈਨੂੰ ਕਿਹਾ ਗਿਆ ਛੱਡ ਦਿਓ ਕੁਰਸੀ, ਤਾਂ ਉਹਨੂੰ ਉਹਨੇ ਫਿਰ ਇੱਕ ਪਾਸੇ ਨਾ ਛੱਡਦਾ, ਉਹ ਲਾਹੁੰਦੇ ਉਹਨੂੰ MLA, ਤਾਂ ਉਹਨੂੰ ਕੁਰਸੀ ਛੱਡੀ, ਅਤੇ ਨਾਲ ਦੀ ਨਾਲ ਉਹਨੇ ਆਪਣੀ ਪੰਜਾਬ ਲੋਕ ਕਾਂਗਰਸ ਬਣਾ ਲਈ। ਇਹ ਉਹਦਾ ਆਪਣਾ ਇੱਕ ਸੀਗੀ। ਅਤੇ ਇਸ ਨੂੰ ਕੱਲ੍ਹ ਮੋਦੀ ਜੀ ਨੇ ਕਿਹਾ ਕਿ ਸਹਿਜਾਦੇ ਦੀ ਗੱਲ ਨਹੀਂ ਮੰਨੀ ਅਮਰਿੰਦਰ ਨੇ, ਤਾਂ ਅਮਰਿੰਦਰ ਨੂੰ ਕੁਰਸੀ ਤੋਂ ਉਤਾਰਤਾ। ਇਹ ਗੱਲ ਇਸ ਗੱਲ ਨੂੰ ਲੈ ਕੇ ਹੁਣ ਸਹਿਜਾਦੇ ਦੀ ਗੱਲ ਨਹੀਂ ਮੰਨੀ ਜਾਂ ਪੰਜਾਬ ਦੇ ਲੋਕਾਂ ਦਾ ਕੰਮ ਨਹੀਂ ਕੀਤਾ ਅਮਰਿੰਦਰ ਨੇ, ਇਹ ਸ਼ਾਇਦ ਨਰਿੰਦਰ ਮੋਦੀ ਨੂੰ ਇੱਦਾਂ ਟਵਿਸਟ ਕਰ ਗਏ, ਪਰ ਨਹੀਂ ਪੰਜਾਬ ਦੇ ਲੋਕ ਇਸ ਨੂੰ ਜਾਣਦੇ ਆ। ਦੂਜੀ ਗੱਲ ਇੱਕ ਹੋਰ ਹੈ ਜੀ, ਮੋਦੀ ਜੀ ਨੇ ਕੱਲ੍ਹ ਇੱਕ ਹੋਰ ਵੱਡੀ ਗੱਲ ਕਹਿ ਦਿੱਤੀ ਆ ਪੰਜਾਬ ਸਰਕਾਰ ਦੇ ਉੱਪਰ, ਆਮ ਆਦਮੀ ਪਾਰਟੀ ਦੇ। ਕਹਿੰਦੇ ਆਮ ਆਦਮੀ ਪਾਰਟੀ ਸਰਕਾਰ ਪੰਜਾਬ ਦੇ ਨਸ਼ਿਆਂ ਦੀ ਹੋਲਸੇਲਰ ਹੈ, ਹੋਲਸੇਲਰ।
ਅਤੇ ਹੋਲ ਸਦਰ ਕਿਹਾ ਉਹਨੂੰ। ਅੱਛਾ ਮੈਨੂੰ ਲੱਗਦਾ ਨਾ ਕਿਤੇ ਉਹਨੇ ਤੇਜਸਵੀ ਯਾਦਵ ਦੀ ਗੱਲ ਨਾ ਸੁਣ ਲਈ ਹੋਵੇ ਮੋਦੀ ਜੀ ਨੇ, ਕਿਉਂ ਤੇਜਸਵੀ ਯਾਦਵ ਮੋਦੀ ਜੀ ਨੂੰ ਕਹਿ ਰਹੇ ਨੇ ਹੋਲ ਸੇਲਰ, ਝੂਠ ਦਾ ਹੋਲ ਸੇਲਰ, ਨਸ਼ਿਆਂ ਦਾ ਹੋਲ ਸੇਲਰ ਅਤੇ ਕਰਪਸ਼ਨ ਦਾ ਹੋਲ ਸੇਲਰ ਕਹਿ ਰਹੇ ਨੇ ਮੋਦੀ ਜੀ ਨੂੰ। ਉਹਦੀ ਵੀਡੀਓ ਮੈਂ ਪੜ੍ਹ ਰਿਹਾ ਸੀ, ਉਹ ਤੇਜਸਵੀ ਤਾਂ ਕੱਲ੍ਹ ਇਹ ਵੀ ਕਹਿਤਾ, ਕਹਿੰਦਾ ਮਤਲਬ ਨਰਿੰਦਰ ਮੋਦੀ ਝੂਠ ਨੂੰ ਇਸ ਤਰੀਕੇ ਨਾਲ ਪਰੋਸਦੇ ਆ ਕਿ ਬਸ ਗੋਬਰ ਨੂੰ ਹਲਵਾ ਬਣਾ ਦਿੰਦੇ ਆ, ਉਹ ਮਤਲਬ ਗੋਹੇ ਨੂੰ ਹਲਵਾ ਬਣਾ ਕੇ ਪੇਸ਼ ਕਰ ਦਿੰਦੇ ਆ ਨਰਿੰਦਰ ਮੋਦੀ। ਇੱਦਾਂ ਤੇਜਸਵੀ ਨੇ ਗੱਲ ਕੱਲ੍ਹ ਆਖੀ ਆ, ਗੱਲ ਵੱਡੇ ਪੱਧਰ 'ਤੇ ਗੱਲ ਆਖੀ ਆ। ਅਤੇ ਚਲੋ ਕੱਲ੍ਹ ਕਿਸਾਨਾਂ ਨੇ ਵੀ ਥਾਂ ਥਾਂ 'ਤੇ ਵਿਰੋਧ ਕੀਤਾ, ਕਿਸਾਨ ਅੰਦਰ ਲਾਏ ਗਏ, ਕਿਤੇ ਕੋਈ ਬੰਬਰ ਗੇਟ ਹੈ ਕੋਈ ਉੱਥੇ, ਕੋਈ ਗੁਰਦਾਸਪੁਰ ਦੇ ਕੋਲ ਉੱਥੇ ਵੀ ਕਿਸਾਨ ਚੱਕੇ ਗਏ, ਪਹਿਲੀ ਚੱਕ ਲਏ ਸੀ ਕਿਸਾਨ ਅੰਦਰ ਕਰਤੇ ਸੀਗੇ ਆਲੇ ਦੁਆਲੇ। ਚੰਨੀ ਵੀ ਜਦੋਂ ਕਿਸਾਨ ਬਾਹਰ ਬਹੁਤਾ ਕਰੇ ਸੀ, ਚੰਨੀ ਆਪਣਾ ਚੋਣ ਪ੍ਰਚਾਰ ਛੱਡ ਕੇ ਕਿਸਾਨਾਂ ਕੋਲ ਪਹੁੰਚ ਗਏ ਅਤੇ ਵੱਖ ਵੱਖ ਤਰੀਕੇ ਨਾਲ ਕਿਸਾਨਾਂ ਦੇ ਵਿਰੋਧ ਕੀਤਾ ਜੀ। ਬਸ ਇਹ ਕਿਸਾਨ ਤਾਂ ਵਿਰੋਧ ਲਗਾਤਾਰ ਕਰੀ ਰਹੇ ਆ। ਹੰਸ ਰਾਜ ਹੰਸ ਨੇ ਕੱਲ੍ਹ ਹੱਥ ਜੋੜ ਲਏ, ਕਹਿੰਦੇ ਜੀ ਮੈਨੂੰ ਤੁਸੀਂ ਮਾਫ਼ ਕਰ ਦਿਉ, ਜੇ ਤੁਸੀਂ ਮੈਨੂੰ ਮਾਰ ਕੇ ਸ਼ੁਭਦੀਪ ਸ਼ੁਭਕਰਨ ਹਾਂ ਸ਼ੁਭਦੀਪ ਸ਼ੁਭਕਰਨ ਜੇ ਮੈਨੂੰ ਮਾਰ ਕੇ ਸ਼ੁਭਕਰਨ ਤੁਹਾਡਾ ਜਿਉਂਦਾ ਹੋ ਸਕਦਾ ਤਾਂ ਮਾਰ ਦਿਉ। ਪਰ ਜਾਖੜ ਅੜਿਆ ਹੋਇਆ ਉਹ ਕਹਿੰਦਾ ਵੀ ਇਹ ਕਹਿੰਦਾ ਸਭ ਜਿਹੜੇ ਕਿਸਾਨਾਂ ਦੇ ਭੇਸ ਵਿੱਚ ਕਹਿੰਦਾ ਸਭ ਇਹੀ ਨਹੀਂ ਪਾਰਟੀ ਦੇ ਬੰਦੇ ਨੇ, ਇਹ ਭੇਸ ਕਿਸਾਨਾਂ ਦਾ ਹੁੰਦਾ, ਕਦੇ ਸਾਰੇ ਇਹਨਾਂ ਪਾਰਟੀ ਦੇ ਬੰਦੇ ਨੇ ਸਾਨੂੰ ਬਦਨਾਮ ਕਰ ਰਹੇ ਨੇ। ਕੱਲ੍ਹ ਉਹ ਕਿਹੜਾ ਹੈਗਾ ਉੱਥੋਂ ਅਰਵਿੰਦ ਖੰਨਾ ਸੰਗਰੂਰ ਤੋਂ, ਉਹਦੀ ਖਨੌਰੀ ਵਿੱਚ ਵਿਰੋਧਤਾ ਕੀਤੀ ਹੈ ਜੀ, ਮੋਗੇ ਦੇ ਵਿੱਚ ਇਹਦੀ ਕੀਤੀ ਹੈ ਆਪਣੀ ਮੇਰੇ ਖਿਆਲ 'ਚ ਹਾਂਸਲਾ ਜਾਤ ਦੀ ਵਿਰੋਧਤਾ ਕੀਤੀ ਹੈ ਮੋਗੇ ਦੇ ਵਿੱਚ ਜੀ, ਅਤੇ ਵੱਖ ਵੱਖ ਥਾਵਾਂ ਉੱਤੇ ਕੱਲ੍ਹ ਫਿਰ ਵਿਰੋਧਤਾ ਹੁੰਦੀ ਰਹੀ ਹੈ ਜੀ। ਚੋਣ ਦੰਗਲ 'ਚ ਕਿਹੜੀ ਧਿਰ ਰਹੇਗੀ ਭਾਰੀ, ਲੋਕ ਸਭਾ 'ਚ ਜਾਣ ਦੀ ਕਿਹਦੀ ਆਊਗੀ ਵਾਰੀ, ਪੱਖੇ ਮਾਹੌਲ 'ਚ ਲੀਡਰਾਂ ਦੇ ਬਿਆਨ ਨੇ ਕਿਨੂੰ ਚੋਬ ਮਾਰੀ, ਵੋਟਰਾਂ ਨੇ ਮਤਦਾਨ ਦੀ ਖਿੱਚੀ ਤਿਆਰੀ, ਵੋਟਿੰਗ ਤੋਂ ਲੈ ਕੇ ਨਤੀਜਿਆਂ ਤੱਕ T5 ਚੈਨਲ ਪੰਜਾਬੀ ਤੁਹਾਨੂੰ ਦੇਵੇਗਾ ਸਾਰੀ ਜਾਣਕਾਰੀ। ਆਓ 1 ਜੂਨ ਨੂੰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਕੇ ਜ਼ਿੰਮੇਵਾਰ ਨਾਗਰਿਕ ਹੋਣ ਦਾ ਪ੍ਰਮਾਣ ਦਈਏ। ਨਿਡਰ ਹਾਂ, ਨਿਰਪੱਖ ਹਾਂ, ਆਜ਼ਾਦ ਹਾਂ, ਸੱਚ ਕਹਾਂ, ਗੱਲ ਕਰਾਂਗੇ ਸਿਆਸੀ ਹਵਾ ਦੀ, ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ, ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ, ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ, ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਥ ਦੀ ਕਰਾਂਗੇ ਗੱਲ, ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ, ਉਭਰਾਂਗੇ ਪੰਜਾਬ ਦੀ ਆਵਾਜ਼ ਬਣ, ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ, ਖੁੱਲਾਂਗੇ ਅੰਦਰੂਨੀ ਰਾਜ, ਬਣਾਂਗੇ ਬੁਲੰਦ ਆਵਾਜ਼, ਖੇਡ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ, ਹਰ ਪਿੰਡ ਹਰ ਸ਼ਹਿਰ ਜਾਵਾਂਗੇ, ਮਨੋਰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ, ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਝਾਲ, ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ, ਕੀ ਕਰਦੀ ਹੈ ਸਾਡੀ ਸਰਕਾਰ, ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ, D5 ਚੈਨਲ ਪੰਜਾਬੀ ਦੀ ਕਚਹਿਰੀ 'ਚ ਹੋਵੇਗੀ ਸਿਰਫ ਲੋਕਾਂ ਦੀ ਗੱਲ, ਧਰਮ ਧਰੋਹਰ ਸਿਹਤ ਔਰ ਸੰਸਕ੍ਰਿਤੀ ਕੀ ਹੋਗੀ ਬਾਤ, ਅਬ T5 ਚੈਨਲ ਹਿੰਦੀ ਵੀ ਹੋਗਾ ਸਰ, D5 ਚੈਨਲ ਪੰਜਾਬੀ, ਆਪਣੀ ਧਰਤੀ ਆਪਣੇ ਲੋਕ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਕੁਲਰਾਜ ਰੰਧਾਵਾ ਅਤੇ ਤੁਸੀਂ ਵੇਖ ਰਹੇ ਹੋ D5 ਚੈਨਲ ਪੰਜਾਬੀ, ਜਿਹੜਾ ਲਾਂਚ ਹੋ ਚੁੱਕਿਆ ਹੈ ਹੁਣ ਕੈਨੇਡਾ ਵਿੱਚ।